ਬਾਰਡ ਨੰਬਰ 5 ਦੇ ਵਿੱਚ ਜਦੋਂ ਅੱਜ ਇਨਕਾਉਂਟਰ ਦੇ ਟੀਮ ਨੇ ਦੌਰਾ ਕੀਤਾ ਤੇ ਬਾਰਡ ਨੰਬਰ 5 ਦੇ ਕੂੜਾ ਡੈਂਪ ਦੇ ਵਿੱਚ ਜਦੋਂ ਸਾਡੀ ਟੀਮ ਪਹੁੰਚੀ ਤਾਂ ਦੇਖਿਆ ਪਬਲਿਕ ਹਾਈ ਸਕੂਲ ਦੇ ਬਿਲਕੁਲ ਨੇੜੇ ਜਿੱਥੇ ਛੋਟੇ-ਛੋਟੇ ਲੋਕਾਂ ਦੇ ਬੇਸ਼ਕੀਮਤੀ ਬੱਚੇ ਪੜ੍ਹਦੇ ਹਨ ਉਹਦੇ ਬਿਲਕੁਲ ਨੇੜੇ ਇਹ ਕੂੜੇ ਦੇ ਢੇਰ ਨੂੰ ਬਹੁਤ ਅੱਗ ਲੱਗੀ ਹੋਈ ਸੀ ਨਾ ਉੱਥੇ ਕੋਈ ਸਫਾਈ ਕਰਮੀ ਸੀ ਉਹ ਅੱਗ ਕਿਤੇ ਵੀ ਇੱਧਰ ਉੱਧਰ ਵੀ ਫੈਲ ਸਕਦੀ ਹੈ ਪਰ ਇੱਕ ਪਾਸੇ ਪੰਜਾਬ ਸਰਕਾਰ ਪੂਰ ਜ਼ੋਰ ਦੇ ਰਹੀ ਹੈ ਕਿ ਇਸ ਧੂਏ ਨਾਲ ਪਰਾਲੀ ਦੇ ਧੂਏ ਨਾਲ ਪ੍ਰਦੂਸ਼ਣ ਹੁੰਦਾ ਹੈ ਪਰ ਇਸ ਕੂੜੇ ਦੇ ਧੂਏ ਨਾਲ ਜੋ ਪ੍ਰਦੂਸ਼ਣ ਫੈਲ ਰਿਹਾ ਸ਼ਾਇਦ ਉਹ ਨਗਰਪੰਚਾਇਤ ਦੇ ਧਿਆਨ ਵਿੱਚ ਨਹੀਂ ਹੈ ਸਾਡੀ ਟੀਮ ਦਾ ਦੱਸਣ ਦਾ ਇਹ ਹੀ ਮਤਲਬ ਹੈ ਕਿ ਪ੍ਰਸ਼ਾਸਨ ਜਾਗੇ ਤੇ ਇਸ ਵੱਲ ਧਿਆਨ ਦੇਵੇ ਤਾਂ ਜੋ ਬੇਸ਼ੁਮਾਰ ਕੀਮਤਾਂ ਬਜ ਸਕਣ ਕੈਮਰਾਮੈਨ ਜੋਤੀ ਗੋਤਮ ਦੇ ਨਾਲ ਰਮਨ ਕੋਸ਼ਨਸ ਤਰਵਾੜਾ